ਲੜਦੇ ਹੁੰਦੇ ਆਲਾ ਕੇ ਬਾਜ਼ੀ ਜਾਂਦੀ ਭੱਜਦੇ ਨਹੀਂ ਸੂਰਮੇ ਮੈਦਾਨ ਛੱਡ ਕੇ ਅੰਬਰਾਂ ਨੂੰ ਟੱਚ ਕਰੇ ਸੋਚ ਜਿਨ੍ਹਾਂ ਦੀ ਮੁੜਦੇ ਆ ਮੰਜ਼ਲਾਂ ਤੇ ਝੰਡੇ ਗੱਡ ਕੇ ਖੂਨ ਦੀ ਆਪਾਂ ਨੇ ਝਾੜੀ ਹੋਈ ਡੋਰ ਨੂੰ ਉਹ ਗੁੱਡੀ ਐਵੇਂ ਨਹੀਂ ਸੰਘਰਸ਼ਾਂ ਦੀ ਅੰਬਰੀ ਚੜੀ ਆਖਰੀ ਪਲਾਂ ਤੇ ਯੁੱਧਿਆਰ ਭਾਰਦਾ ਓਏ ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜੀ ਕਸਾਰ ਟਰੱਕ ਜੰਗ ਜਿੱਤ ਲਈ ਆਹ ਕਿੰਨੀ ਖੁਸ਼ੀ ਹੋਈ ਉਹ ਕੋਈ ਟਿਕਾਣਾ ਨਹੀਂ ਹੈ ਖੁਸ਼ੀ ਦਾ ਕਿਉਂਕਿ ਉਸ ਖੁਸ਼ੀ ਦੀ ਕੀਮਤ ਬਹੁਤ ਵੱਡੀ ਸੀ ਛਿੜਕੀ ਕਰਦੀ ਕੱਚ ਵਾਂਗੂ ਪੱਥਰ ਭੋਰ ਦਿੱਤੇ 700 ਤੋਂ ਉੱਪਰ ਦਾ ਸ਼ਹੀਦیاں ਹੋ ਗਈਆਂ ਉਹਦੀ ਕੀਮਤ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਨਹੀਂ ਸਕਦੇ ਜਿੱਦਾਂ ਹੁਣ ਆਪਾਂ ਕਹਦੇ ਆ ਕਿ ਸਾਰੇ ਡਰਾਈਵਰ ਯਾਰ ਨਸ਼ੇੜੀ ਹੁੰਦੇ ਆ ਕਹ ਦਿੰਦੇ ਨਾ ਸਾਰੇ ਕਲਾਕਾਰ ਐਦਾਂ ਦੇ ਹੁੰਦੇ ਆ ਹੁਣ ਮੈਂ ਕਹਿੰਦਾ ਮੈਂ ਬੈਠਾ ਇੱਥੇ ਨਾ ਮੈਂ ਸਿਲਕ ਕਦੇ ਮੈਂ ਮੈਂ ਰੈਡ ਬੁੱਲ ਦਾ ਨਹੀਂ ਸਵਾਦ ਅੱਜ ਤੱਕ ਦੇਖਿਆ ਤੁਸੀਂ ਸ਼ਰਾਬ ਤੂੰ ਨਸ਼ਾ ਤੁਸੀਂ ਕੋਈ ਕਹਿ ਲਾ ਹੁਣ ਇਹ ਪੰਜਾਬ ਨੂੰ ਸਮਝਣ ਇਦਾਂ ਲੱਗ ਪਵੇ ਜਦੋਂ ਗੁੰਦਰੀ ਖੁੱਲੀ ਹੋ ਜਾਂਦੀ ਨਾ ਥੱਲੇ ਧਾਗਾ ਨਹੀਂ ਲਪੇਟ ਲੈਂਦੇ ਉਹਦੀ ਜਗ੍ਹਾ ਸਮਝਣ ਲੱਗ ਪੈਸੀ ਇਹ ਪੰਜਾਬ ਨੂੰ ਇਹ ਤਾਂ ਥੱਲੇ ਧਾਗਾ ਹੀ ਲਪੇਟਿਆ ਆ ਕੋਈ ਨਹੀਂ ਤੇ ਪਰ ਉਹ ਫੇਰ ਦੱਸਿਆ ਕਿ 나ਗੀ ਆ ਸੀ ਇਹ ਅੱਛੇ ਦਿਨਾਂ ਨੇ ਹੋ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ ਏ ਔਣ ਵਾਲੀਆਂ ਜਨਰੇਸ਼ਨਾਂ ਸਦਾ ਹੀ ਚਾਨਣ ਮਨਾਰਾ ਬਣ ਕੇ ਦੱਸੂਗਾ ਕਦੇ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਪਿਆ ਕਿਸੇ ਨੇ ਉਹਨੂੰ ਦਬਾਉਣਾ ਚਾਹਿਆ ਤਾਂ ਇਹ ਜਿਹੜਾ ਅੰਦੋਲਨ ਆ ਇਹ ਚਾਨਣ ਮਨਾਰਾ ਬਣ ਕੇ ਮੋਰੇ ਖੜੂਗਾ ਸਸਕਾਰ ਤੋਂ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਕਿਸੇ ਕ੍ਰਾਂਤੀਕਾਰੀ ਨੇ ਖੂਬ ਕਿਹਾ ਸੀ ਕਿ ਆਪਣੀ ਜਵਾਨੀ ਦੇ ਮੂੰਹ ਤੇ ਚੜ੍ਹੇ ਮੈਨੂੰ ਚਾਰ ਗੀਤ ਸੁਣਾ ਦਿਓ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸਾਂਗਾ ਇਸ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਇਸ ਪੂਰੇ ਸਾਲ ਦੇ ਵਿੱਚ ਸਿਰਫ ਪੰਜਾਬ ਨਹੀਂ ਭਾਰਤ ਬਦਲਿਆ ਜਵਾਨੀ ਬਦਲੀ ਜਵਾਨੀ ਦਾ ਜੋਸ਼ ਬਦਲਿਆ ਤੇ ਸਾਹਿਦ ਜਿੱਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਸ ਨੇ ਪੂਰਾ ਵਾਤਾਵਰਨ ਹੀ ਬਦਲ ਦਿੱਤਾ ਮੇਰੇ ਨਾਲ ਮਨਮੋਹਨ ਵਾਰਿਸ ਨੇ ਪੰਜਾਬ ਦੇ ਮਸ਼ਹੂਰ ਗਾਇਕ ਜਿਨ੍ਹਾਂ ਨੇ ਇੱਕ ਗੀਤ 2016 ਵਿੱਚ ਗਾਇਆ ਸੀ ਕਿ ਜੱਤਾਂਗੇ ਜ਼ਰੂਰ ਜਾਰੀ جنگ ਰੱਖਿਓ ਉਹ ਗੀਤ ਅੱਜ ਵੀ ਟਰੈਕਟਰਾਂ ਤੇ ਵੱਜਦਾ ਹੈ ਅੱਜ ਵੀ ਜਿਹੜਾ ਕਿਓ ਗੀਤ ਸਾਡੇ ਦਿਲਾਂ ਧੜਕਦਾ ਹੈ ਤੇ ਦੱਸਦਾ ਹੈ ਕਿ جنگ ਅਗਲੀਆਂ ਵੀ ਜਿੱਤਣੀਆਂ ਨੇ بس ਲੜਦੇ ਰਹੋ ਵਾਰਸਪਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ। ਜੰਗ ਜਿੱਤਾਂਗੇ ਜ਼ਰੂਰ। ਜ਼ਰੂਰ ਜਿੱਤਾਂਗੇ ਕਿਉਂਕਿ ਉਮੀਦ ਆ ਜਦਨ ਮੈਦਾਨ ਚ ਆਏ ਸੀ ਉਦਨ ਉਮੀਦ ਸੀ ਬਿਜਿੱਤ ਕੇ ਜਾਣਾ ਆ। ਉਹ ਐਲਾਨ ਬੜੇ ਸੋਹਣੇ ਤਿਹਾੜੀ ਤੇ ਹੋਇਆ। ਸੋ ਕਿੰਨੀ ਖੁਸ਼ੀ ਹੋਈ। ਪਹਿਲਾਂ ਤਾਂ ਇਹ ਜਾਣਾਂਗੇ ਜਦੋਂ 19 ਤਰੀਕ ਨੂੰ ਐਲਾਨ ਹੋ ਗਿਆ ਪਤਾ ਲੱਗ ਗਿਆ ਵਾਰਸ ਭਰਾਵਾਂ ਨੂੰ ਕਿ ਯਾਰ ਜੰਗ ਜਿੱਤ ਲਈ ਆ। ਕਿੰਨੀ ਖੁਸ਼ੀ ਹੋਈ ਉਦੋਂ। ਕੋਈ ਟਿਕਾਣਾ ਨਹੀਂ ਹੈ ਖੁਸ਼ੀ ਦਾ। ਕਿਉਂਕਿ ਉਸ ਖੁਸ਼ੀ ਦੀ ਕੀਮਤ ਬਹੁਤ ਵੱਡੀ ਸੀਗੀ। 700 ਤੋਂ ਉੱਪਰ ਤਾਂ ਸ਼ਹੀਦیاں ਹੋ ਗਈਆਂ ਤੇ ਉਹਦੀ ਕੀਮਤ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਨਹੀਂ ਸਕਦੇ ਹਨ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਇਹ ਚੀਜ਼ ਵੇਖਣ ਨੂੰ ਉਹ ਦੇਖ ਵੀ ਨਹੀਂ ਸਕੇ ਇਹ ਚੀਜ਼ ਤੇ ਉਹ ਤੋਂ ਬਾਅਦ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹ ਇੱਕ ਸੋਚ ਲੈ ਕੇ ਪਿੰਡੋਂ ਤੁਰੀਆਂ ਸੀ ਪਹਿਲਾਂ ਪੰਜਾਬ ਵਿੱਚ ਇਹ ਲੱਗਣੇ ਸ਼ੁਰੂ ਹੋਏ ਧਰਨੇ ਤੇ ਰੇਲਾਂ ਰੋਕਣਾ ਹੋਇਆ ਜਦੋਂ ਆਰਡੀਨਸ ਸ਼ੁਰੂ ਹੋਇਆ ਚਾਰੀ ਹੋਇਆ ਉਸ ਵੇਲੇ ਜੂਨ ਵਿੱਚ ਜਦੋਂ ਅਜੇ ਪਿੰਡਾਂ ਵਿੱਚ ਕਿਸੇ ਕਿਸੇ ਨੂੰ ਪਤਾ ਸੀ ਉਸ ਵੇਲੇ ਮੈਂ ਕਮਲ ਹੀਰ سنگਤਾਰ ਅਸੀਂ ਇੱਕ ਗੀਤ ਗਾਇਆ ਸੀ ਕਿਉਂਕਿ ਅਸੀਂ ਕਿਸਾਨੀ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਾਂ ਖੁਦਕੁਸ਼ੀਆਂ ਤੇ ਵੀ ਗਾਣੇ ਗਾਉਂਦੇ ਰਹੇ ਹਾਂ ਚਿੱਟੇ ਮੱਛਰ ਨੇ ਖਾਲੇ ਸਾਡੇ ਨਰਵੇਂ ਫਾਹੇਦਿਆਂ ਰਸਿਆਂ ਕਿਸਾਨ ਬਈ ਤੇ ਉਹ ਜੂਨ 2020 'ਚ ਜਦੋਂ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਆਰਡੀਨੈਂਸ ਦੇ ਵਿਰੁੱਧ ਆਵਾਜ਼ ਉਠਾਈ ਤੇ ਉਹਦੇ ਵਿੱਚ ਮੇਰਾ ਗੀਤ ਸੀ ਮੈਂ ਹੁਣ ਸਾਰੇ ਜੋਸ਼ 'ਚ ਆ ਮੈਂ ਗਾ ਕੇ ਕਹਨਾ ਕਿ ਪੱਕੇ ਮੁੱਲ ਵਾਲੀ ਸਾਡੀ ਜਮਾਂ ਟੁੱਟ ਗਈ ਉਮੀਦ ਜੋ ਹੁੰਦਾ ਕਣਕ ਨਹੀਂ ਲੈਣੇ ਕਹਿੰਦੇ ਤੋੜਤੀ ਖਰੀਦ ਕੀਤੀ ਜੱਟਾਂ ਨੇ ਜੋ ਮਿਹਨਤ ਲੈਸਾਨੀ ਡੋਬਤੀ ਅچھے ਦਿਨਾਂ ਨੇ ਹੋ ਅچھے ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅچھے ਦਿਨਾਂ ਨੇ ਸੋ ਉਸ ਵੇਲੇ ਅਸੀਂ ਇਹ ਜਿਹੜਾ ਅਸਲੀ ਦ ਡਰ ਸੀਗਾ ਐਮਐਸਪੀ ਦਾ ਸਭ ਤੋਂ ਪਹਿਲਾਂ ਕਿ ਪੱਕੇ ਮੋਲ ਵਾਲੀ ਉਹ ਉਮੀਦ ਸਾਡੀ ਤੋੜ ਕੇ ਤੇ ਉਹ ਤੋਂ ਬਾਅਦ ਕਾਨੂੰਨ ਸਾਡੇ ਤੇ ਥੋਪ ਦਿੱਤੇ ਤੇ ਉਹ ਚੀਜ਼ ਗਈ ਸੀ ਅਸੀਂ ਤੇ ਉਹ ਤੋਂ ਬਾਅਦ ਦੇਖ ਲਓ ਫਿਰ 26 ਨਵੰਬਰ ਆਇਆ ਜਦੋਂ ਇਹ ਫੈਸਲਾ ਲਿਆ ਗਿਆ ਕਿ ਦਿੱਲੀ ਦੀਆਂ ਸਰਹੱਦਾਂ ਤੇ ਜਾ ਕੇ ਬੈਠਣਾ ਆ ਤੇ ਕਿਹੜੇ ਤਰੀਕੇ ਨਾਲ ਆਏ ਉਹ ਵੀ ਜਿਹੜਾ ਪਹਿਲਾਂ ਹੀ ਜਲੇ ਟੁੱਟਿਆ ਰਾਜਪੁਰੇ ਦੇ ਕੋਲ ਦਾ ਸ਼ੰਭੂ ਬਾਰਡਰ ਦਾ ਤੇ ਉਹ ਹੈਗਾ ਕਿ ਸ਼ੇਰਾਂ ਨੇ ਦਿੱਲੀ ਘੇਰ ਲਈ ਮੈਂ ਤਾਂ ਕਮਲਹੀਰ ਨੇ ਗਾਇਆ ਸੀ ਉਹਦਾ ਪਹਿਲਾ ਹੀ ਟੱਪਾ ਸੀਗਾ ਕਹਿੰਦਾ ਏ ਇੱਕ ਸਾਰ ਟਰੈਕਟਰ ਤੋੜ ਦਿੱਤੇ ਪਾ ਫਿੱਕੇ ਪੁਲਿਸ ਦੇ ਜ਼ੋਰ ਦਿੱਤੇ ਪਾਣੀ ਦੀ ਬਾਛੜਕੀ ਕਰਦੀ ਕੱਚ ਵਾਂਗੂ ਪੱਥਰ ਭੋਰ ਦਿੱਤੇ ਹਾਲਾਂ ਦਾਤੀਆਂ ਕਈਆਂ ਵਾਲਿਆਂ ਨੇ ਇੱਕ ਕੁਰਸੀ ਢਿੱਲੀ ਘੇਰ ਲਈ ਜਿਹਨੇ ਕਾਲੇ ਪਾਸ ਕਾਨੂੰਨ ਕੀਤੇ ਉਹੀ ਕਾਲੀ ਬਿੱਲੀ ਘੇਰ ਲਈ ਸ਼ੇਰਾਂ ਨੇ ਓ ਸ਼ੇਰਾਂ ਨੇ ਦਿੱਲੀ ਘੇਰ ਲਈ ਸ਼ੇਰਾਂ ਨੇ ਦਿੱਲੀ ਉਹ ਚੀਜ਼ ਅਸੀਂ ਗਾਈ ਸੀ ਉਹ ਤੋਂ ਬਾਅਦ ਫਿਰ ਹੋਰ ਸਮੇਂ-ਸਮੇਂ ਤੇ ਚੀਜ਼ਾਂ ਗਾਉਂਦੇ ਰਹੇ ਜਦੋਂ ਇੱਕ ਵਾਰੀ ਅੰਦੋਲਨ ਚ ਥੋੜਾ ਠਹਿਰਾਓ ਆਇਆ ਤੇ ਲੱਗਦਾ ਸੀ ਕਿ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਉਹ ਥੋੜਾ ਫਿੱਕਾ ਪੈਣ ਲੱਗ ਪਿਆ ਉਦੋਂ ਸੁਖਵਿੰਦਰ ਦੇਖੋ ਹੁਣ ਟਰੈਕਟਰ ਲੰਗੇ ਅਜੇ ਤਾਂਗੇ ਜਰੂਰ ਗਾਣਾ ਚੱਲ ਰਿਹਾ ਤੁਹਾਡਾ ਜਿਹੜਾ 2016 ਵਿੱਚ ਗਾਇਆ ਗਿਆ ਤੇ ਕਲਾਕਾਰ ਦੇ ਲਈ ਸ਼ਾਇਦ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ ਕਿ ਉਹਦਾ ਗਾਇਆ ਗੀਤ ਇੱਕ ਸੇਧ ਬਣ ਜੇ ਤੇ ਉਹਦੇ ਗਾਇਏ ਗੀਤ ਨੂੰ ਇਸ ਤਰੀਕੇ ਦੇ ਨਾਲ ਅਸੀਂ ਕਹਿ ਦਈਏ ਕਿ ਇੰਨਾ ਜ਼ਿਆਦਾ ਮਕਬੂਲ ਇੰਨਾ ਜ਼ਿਆਦਾ ਪਿਆਰ ਮਿਲਦਾ ਤੇ ਉਹ ਜਦੋਂ ਠਹਿਰਾਓ ਆਇਆ ਥੋੜਾ ਅੰਦੋਲਨ ਵਿੱਚ ਕਿਉਂਕਿ ਉਤਰਾ ਚੜਾਉਂਦੇ ਰਹਿੰਦੇ ਆ ਉਸ ਵੇਲੇ ਫਿਰ ਸੁਖਵਿੰਦਰ ਅਮਰਤ ਹੁਣਾਂ ਦੀ ਰਚਨਾ ਸੀਗੀ ਮੈਂ ਕਮਲਹੀਰ سنگਤਾਰ ਅਸੀਂ ਫੇਰ ਗਾਈ ਉਹਦੇ ਵਿੱਚ ਕਿਹਾ ਨੌਜਵਾਨ ਨੂੰ ਕਿ ਅਜੇ ਬੈਠਣ ਦਾ ਸਮਾਂ ਨਹੀਂ ਹੈ ਕਲੇਜੇ ਤੀਰ ਦੇਖਣ ਨੂੰ ਜਾਂ ਸਿਰ ਤੇ ਤਾਜ ਦੇਖਣ ਨੂੰ ਕਲੇਜੇ ਤੀਰ ਦੇਖਣ ਨੂੰ ਜਾਂ ਸਿਰ ਤੇ ਤਾਜ ਦੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਦੇਖਣ ਨੂੰ ਕਲੇਜੇ ਤੀਰ ਦੇਖਣ ਨੂੰ ਜਾਂ ਸਿਰ ਤੇ ਤਾਜ ਦੇਖਣ ਨੂੰ ਸੋ ਨੌਜਵਾਨ ਨੂੰ ਕਿਹਾ ਸੀ ਉਹ ਸ਼ੇਰਾ ਉੱਠ ਜ਼ਰਾ ਤੇ ਫਿਰ ਉਹ ਹੀ ਜਲਵਾ ਦਿਖਾਇਆ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਦੇਖਣ ਨੂੰ ਸੋ ਨੌਜਵਾਨਾਂ ਨੇ ਫਿਰ ਉਹ ਦਿਖਾਈ ਤੇ ਹੁਣ ਜਦੋਂ ਅਸੀਂ ਪਿਛਲੀ ਵਾਰੀ ਅੰਦੋਲਨ ਚ ਆ ਕੇ ਗਏ ਆ ਉਦੋਂ ਇੰਨਾ ਕਰੰਟ ਸੀ ਇੱਥੇ ਮਰਜੀਵੜੇ ਜਿਹੜੇ ਜੋਧੇ ਬੈਠੇ ਆ ਉਹਨਾਂ ਦੇ ਦਿਲਾਂ ਵਿੱਚ ਕਿਸੇ ਦੇ ਮਨ ਚ ਇਹ ਢੁੜਕੂ ਨਹੀਂ ਸੀ ਕਿ ਐਤਕੀ ਦਾ ਸਿਆਲ ਬੈਠਣਾ ਪੈਣਾ ਜਾਂ ਅਗਲੀਆਂ ਗਰਮੀਆਂ ਬੈਠਣੀਆਂ ਪੈਣੀਆਂ ਬਾਈ ਬੂਈ ਦਾ ਕੋਈ ਚੱਕਰ ਨਹੀਂ ਸੀ ਇਹ ਤਾਂ ਉਦਾਂ ਜੋੜੀ ਜਾਂਦੇ ਆ ਉਹ 24 ਹੋ ਗਿਆ ਤਾਂ ਕਹਿੰਦੇ ਤਾਂ ਵੀ ਕੀ ਆ 26 ਹੋ ਗਿਆ ਤਾਂ ਵੀ ਕੀ ਆ ਹਨਾ ਸੋ ਪਰ ਜਦੋਂ ਇਹ ਮਾਹੌਲ ਸਾਨੂੰ ਜਦਾਂ ਲੱਗਣ ਲੱਗ ਪਿਆ ਕਿ ਨਹੀਂ ਸਰਕਾਰ ਦੱਬ ਰਹੀ ਆ ਤੇ ਮੈਂ ਤਾਂ ਕਮਲ ਹੀਰ ਨੇ ਗਾਇਆ ਉਹ ਫੇਰ ਗਾਣਾ 4 ਦਿਨ ਪਹਿਲਾਂ ਕਾਨੂੰਨਾ ਤੋਂ ਰੱਦ ਹੁਣ ਤੋਂ 4 ਦਿਨ ਪਹਿਲਾਂ ਗਾਇਆ ਲੜਦੇ ਹੁੰਦੇ ਆਲਾ ਕੇ ਬਾਜ਼ੀ ਜਾਨ ਦੀ ਭੱਜਦੇ ਨਹੀਂ ਸੂਰਮੇ ਮੈਦਾਨ ਛੱਡ ਕੇ ਅੰਬਰਾਂ ਨੂੰ ਟੱਚ ਕਰੇ ਸੋਚ ਜਿਨ੍ਹਾਂ ਦੀ ਮੁੜਦੇ ਆ ਮੰਜ਼ਲਾਂ ਤੇ ਝੰਡੇ ਗੱਡ ਕੇ ਖੂਨ ਦੀ ਆਪਾਂ ਨੇ ਝਾੜੀ ਹੋਈ ਡੋਰ ਨੂੰ ਉਹ ਗੁੱਡੀ ਐਵੇਂ ਨਹੀਂ ਸੰਘਰਸ਼ਾਂ ਦੀ ਅੰਬਰੀ ਚੜੀ ਆਖਰੀ ਪਲਾਂ ਤੇ ਯੁੱਧਿਆਰ ਭਾਰਦਾ ਓਏ ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜੀ ਪਰ ਬਰਸ ਭਾਈ ਜੇਕਰ ਗੱਲ ਕੀਤੀ ਜਾਵੇ ਨਾ ਅਸੀਂ ਨੌਜਵਾਨਾਂ ਤੁਸੀਂ ਗੱਲ ਕੀਤੀ ਪ੍ਰਵਾਸ ਦਿਖਾਈ ਨੌਜਵਾਨਾਂ ਨੇ ਜਵਾਨੀ ਨੇ ਪ੍ਰਵਾਸ ਦਿਖਾਈ ਗਿਆ ਪਰ ਇਸ ਜਵਾਨੀ ਨੂੰ ਨਸ਼ੇ ਵਿੱਚ ਗਰਕ ਦੱਸਿਆ ਗਿਆ ਇਸ ਜਵਾਨੀ ਨੂੰ ਵੇਲੜ ਦੱਸਿਆ ਗਿਆ ਕੈਸੇ ਜਵਾਨ ਨੂੰ ਦੱਸਿਆ ਗਿਆ ਵੀ ਇਹ ਖੇਤੀ ਨਹੀਂ ਕਰਨਗੇ ਮਿੱਟੀ ਨਾਲ ਮਿੱਟੀ ਨਹੀਂ ਹੋਣਗੇ ਬਾਹਰ ਭੱਜ ਰਹੇ ਨੇ ਸੋ ਸਾਰੀਆਂ ਚੀਜ਼ਾਂ ਦੇ ਉਹ ਸਾਰੇ ਕਲੰਕਾਂ ਨੂੰ ਮੈਂ ਲਗਾ ਤੋ ਦੱ ਦਿੱਤਾ ਗਿਆ ਹੁਣ ਬਿਲਕੁਲ ਉਹ ਵੀ ਇੱਕ ਸਾਜ਼ਿਸ਼ ਸੀਗੀ ਕਿਉਂਕਿ ਨਸ਼ੇ ਵਿੱਚ ਇਦਾਂ ਨਹੀਂ ਕਹਿੰਦਾ ਕਿ ਨਸ਼ੇ ਨਹੀਂ ਹੈਗੇ ਹੁਣ 2007 ਵਿੱਚ ਮੈਂ ਗਾਣਾ ਬਣਾਇਆ ਸੀ ਪਹਿਲਵਾਨ ਦਾਰਾ ਸਿੰਘ ਜੀ ਨੇ ਨਾ ਫਿਲਮਾਂ ਹੀ ਕੀਤੀਆਂ ਉਹਨਾਂ ਨੇ ਕਿਸੇ ਗੀਤਾਂ ਚ ਕਿਸੇ ਨਾਲ ਕੀਤਾ ਨਹੀਂ ਪਰ ਮੈਨੂੰ ਉਹਨਾਂ ਨੇ ਅਸ਼ੀਰਵਾਦ ਦਿੱਤਾ ਮੇਰੇ ਦੋ ਗੀਤਾਂ ਚ ਉਹਨਾਂ ਦਾ ਅਸ਼ੀਰਵਾਦ ਪੰਜਾਬੀ ਸ਼ੇਰਾ ਤੇ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਹਨ ਉਹ ਉਹਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਵਰਜਿਆ ਸੀਗਾ ਸਾਡੇ ਤਿੰਨਾਂ ਭਰਾਵਾਂ ਦੀ ਇਹ ਸੋਚ ਆ ਸੀ ਗੱਲ ਉਹੀ ਕਹਿੰਦੇ ਹੁੰਦੇ ਆ ਜਿਹਦੇ ਤੇ ਆਪ ਖੜੇ ਹੋ ਸਕੀਏ ਹਨਾ ਉਦੋਂ ਹੀ ਨਹੀਂ ਜਦੋਂ ਵੀ ਅਗਲੇ ਨੂੰ ਕਹਿ ਦੇਣਾ ਆਪ ਜਿੱਥੇ ਮਰਜੀ ਦੌੜ ਜਾਓ ਅਸੀਂ ਖੁਦ ਨਸ਼ਾ ਨਹੀਂ ਕਰਦੇ ਕੋਈ ਵੀ ਅਸੀਂ ਤਿੰਨੋਂ ਪਰ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਦੇ ਤੇ ਅਸੀਂ ਫਿਰ ਕਹਿ ਸਕਦੇ ਆ ਨਸ਼ਾ ਨਾ ਕਰੋ ਹਨਾ ਤੇ ਨਸ਼ਾ ਨਾ ਕਰੋ ਤਾਂ ਕਹਿਣਾ ਜ਼ਰੂਰੀ ਆ ਕਿਉਂਕਿ ਨਸ਼ੇ ਪਹਿਲਾਂ ਤੁਸੀਂ ਸਦੀਆਂ ਤੋਂ ਹੀ ਚੱਲੇ ਆਉਂਦੇ ਆ ਤੇ ਨਸ਼ਿਆਂ ਦੇ ਰੰਗ ਬਦਲ ਗਏ ਸੀ ਹੁਣ ਹੁਣ ਫੀਮ ਡੋਡੇ ਉਹ ਤਾਂ ਬਜ਼ੁਰਗ ਵੀ ਸਾਰੇ ਪੀਂਦੇ ਸੀ ਸ਼ਰਾਬ ਵੀ ਚੱਲਦੀ ਸੀ ਹੁਣ ਜਦੋਂ ਸਮੈਕ ਆਈ ਜਾਂ ਹੋਰ ਜਿਹੜੇ ਸਿੰਥੈਟਿਕ ਨਸ਼ੇ ਆਏ ਉਹ ਸਿਹਤ ਲਈ ਹਾਨੀਕਾਰਕ ਬਹੁਤ ਆ ਤੇ ਉਹ ਉਹ ਨਾ ਨੌਜਵਾਨ ਜੇ ਕੋਈ ਲੱਗ ਜਾਂਦਾ ਸੀ ਭੁੱਲ ਭਲੇਖੇ ਤਾਂ ਉਹਦੀ ਜਵਾਨੀ ਨੂੰ ਤਬਾਹ ਕਰਦੇ ਸੀ ਤੇ ਉਹਦੇ ਲਈ ਅਸੀਂ ਜ਼ਰੂਰ ਨਸ਼ਿਆਂ ਵਾਲੇ ਗਾਣੇ ਗਾਏ ਆ ਪਰ ਉਹਦਾ ਮਤਲਬ ਇਹ ਥੋੜੋ ਕਿ ਸਾਰਾ ਪੰਜਾਬ ਨਸ਼ਿਆਂ 'ਚ ਗਰਕ ਹੋ ਗਿਆ ਹੈਨਾ ਜਿੱਦਾਂ ਹੁਣ ਆਪਾਂ ਕਹਦੇ ਆ ਕਿ ਸਾਰੇ ਡਰਾਈਵਰ ਯਾਰ ਨਸ਼ੇੜੀ ਹੁੰਦੇ ਆ ਕਹ ਦਿੰਦੇ ਨਾ ਸਾਰੇ ਕਲਾਕਾਰ ਐਦਾਂ ਦੇ ਹੁੰਦੇ ਆ ਹੁਣ ਮੈਂ ਕਹਿੰਦਾ ਮੈਂ ਬੈਠਾ ਆਂ ਹੈਨਾ ਮੈਸ ਇੰਡੈਕਸ ਕਦੇ ਮੈਂ ਮੈਂ ਰੈਡ ਬੋਲ ਦਾ ਨਹੀਂ ਸਵਾਦ ਅਜ ਤੱਕ ਦੇਖਿਆ ਤੁਸੀਂ ਸ਼ਰਾਬ ਤੂੰ ਹੋਰ ਨਸ਼ਾ ਤੁਸੀਂ ਕੋਈ ਕਹਿ ਲਓ ਹਨ ਤੇ ਸਾਡੇ ਕੰਮ ਵੱਲ ਨੂੰ ਤੁਸੀਂ ਕਹਿ ਦਿਓ ਸ਼ਾਮ ਨੂੰ ਕਿ ਤੂੰ ਯਾਰਾ ਪੀਦੇ ਨਾ ਕੋਕਬੀਲ ਉਹਨਾਂ ਕਹਣਾ ਕੈਫੀਨ ਹੋਣੀ ਯਾਰ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਦੇਖਿਓ ਹਨ ਸੋ ਇਦਾਂ ਕਿਦਾਂ ਕਹਿ ਸਕਦੇ ਕਲਾਕਾਰ ਇਦਾਂ ਦੇ ਹੁੰਦੇ ਆ ਸੋ ਜੇ ਚੰਦ ਮੁੰਡੇ ਨਸ਼ਾ ਕਰਦੇ ਸੀ ਉਹਨੂੰ ਕਹਿ ਦੇਣਾ ਕਿ ਪੰਜਾਬ ਹੁਣ ਇਸ ਤਰ੍ਹਾਂ ਕਰਦਾ ਬਾਲੀਵੁੱਡ ਨੇ ਖਾਸ ਤੌਰ ਤੇ ਖਰਾਬ ਕੀਤਾ ਤੇ ਉਹ ਕਲੰਕ ਜਿਹੜਾ ਝੂਠਾ ਕਲੰਕ ਸੀ ਉਹ ਲੈ ਗਿਆ ਨਹੀਂ ਉਸ ਤੋਂ ਬਾਅਦ ਵਰਤਾਰੇ ਦੀ ਗੱਲ ਕਰਦੇ ਤੁਹਾਡੇ ਲੋਕ ਤੱਥ ਸੀ ਕਲੀ ਤੁਸੀਂ ਗਾਈ ਸੀ ਮੈਨੂੰ ਯਾਦ ਆ ਮੈਨੂੰ ਵਿਰਸਾ ਨੇ ਯਾਦ ਉਹ ਕਿਹੜੇ ਚਾਈ ਸੀ ਉਹਦੇ ਬਕਾਇਦਾ ਤੁਸੀਂ ਬਾਪੂ ਦੇ ਬਾਂਦਰ ਦੀ ਗੱਲ ਕੀਤੀ ਬਕਾਇਦਾ ਤੁਸੀਂ ਨੂਰਜਾਨ ਦੀ ਸਲਵਾਰ ਦੀ ਗੱਲ ਕੀਤੀ ਬਕਾਇਦਾ ਜੰਗੀ ਪੋਸ਼ਾਕ ਰਾਣੀ ਛਾਂਸੀ ਦੀ ਗੱਲ ਕੀਤੀ ਕਿ ਇਤਿਹਾਸ ਨੂੰ ਤੋੜਿਆ ਤੇ ਮਰੋੜਿਆ ਕਿਵੇਂ ਗਿਆ ਵਿਗਾੜ ਜਰੂਰ ਸੰਗਤਾਂ ਸੁਣਾਈਏ ਕਿਉਂਕਿ ਆ ਸੱਜਣ ਮੈਨੂੰ ਬੜੇ ਚੰਗੇ ਲੱਗਦੇ ਆ ਬੈਠੇ ਉਹ ਇਹਨਾਂ ਨੂੰ ਖੁਸ਼ ਵੀ ਕਰ ਦਈਏ ਹੁਣ ਇੰਡੀਆ ਵਿੱਚ ਕੀ ਹੋਣਾ ਚਾਹੀਦਾ ਕੀ ਹੋ ਰਿਹਾ ਸੜੀਆਂ ਸੈਂਟਰ ਸਰਕਾਰਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੀ ਕਰਦੀਆਂ ਕਹਿੰਦਾ ਲਾਲ ਕਿਲੇ ਚ ਇੱਕ ਬਿਲਡਿੰਗ ਇਹ 2011 ਚਗਾਇਆ ਸੀ ਜੀ 2011 ਦਾ ਮਹਿਲਵਨ ਚ ਪੰਜਾਬੀ ਵਿਰਸਾ ਸੀ ਲਾਲ ਕਿਲੇ ਚ ਮਿਊਜ਼ੀਅਮ ਆਕ ਬਣਿਆ ਹੋਇਆ ਕਹਿੰਦਾ ਲਾਲ ਕਿਲੇ ਚ ਇੱਕ ਬਿਲਡਿੰਗ ਬਰ ਖੁਰਦਾਰ ਸਾंभ ਕੇ ਰੱਖੀ ਹੋਈ ਐ ਸ਼ਾਹਜਹਾਂ ਦੀ ਉਸ ਅੰਦਰ ਤਲਵਾਰ ਸਾंभ ਕੇ ਰੱਖੀ ਹੋਈ ਐ ਰਾਣੀ ਝਾਂਸੀ ਦੀ ਜੰਗੀ ਪੋਸ਼ਾਕ ਦਿਲਵਰਾ ਲੱਭਦੀ ਨਹੀਂ ਪਰ ਨੂਰ ਜਹਾਂ ਦੀ ਉਸ ਵਿੱਚ ਸਲਵਾਰ ਸਾਭ ਕੇ ਰੱਖੀ ਹੋਈ ਹੈ ਸੋ ਇਦਾਂ ਦਾ ਕੰਮ ਹੋ ਰਿਹਾ ਹੈ ਹਨਾ ਨਹੀਂ ਉਸ ਤੋਂ ਬਾਅਦ ਇਸ ਅੰਦੋਲਨ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੁਹਾਡੇ ਤੇ ਸਾਹਿਤਕਾਰਾਂ ਤੇ ਜ਼ਰੂਰ ਹੈ ਲੇਕਿਨ ਕਿਉਂਕਿ ਸਰਕਾਰ ਤਾਂ ਸਾਜਿਸ਼ਾਂ ਕਰੇਗੀ ਸਰਕਾਰ ਨੇ ਕੀਤੀਆਂ ਸਰਕਾਰ ਅੱਗੇ ਵੀ ਕਰੇਗੀ ਚਾਹੇ ਉਹ ਪੰਜਾਬੀ ਭਾਸ਼ਾ ਹੋਵੇ ਤੇ ਚਾਹੇ ਅੰਦੋਲਨ ਨੂੰ ਵਿਗਾੜ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਪੇਸ਼ ਕਰਨਾ ਹੋਵੇ ਉਹਨੂੰ ਸੰਭਾਲਣ ਦੇ ਲਈ ਉਸ ਪੰਜਾਬ ਨੂੰ ਬਚਾ ਕੇ ਰੱਖਣ ਦੇ ਲਈ ਕੀ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਇਸ ਅੰਦੋਲਨ ਨੂੰ ਇਹ ਬਹੁਤ ਵੱਡਾ ਕ੍ਰੈਡਿਟ ਜਾਂਦਾ ਪਹਿਲਾ ਕ੍ਰੈਡਿਟ ਤਾਂ ਇਹ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਨਾ ਸਦਾ ਹੀ ਲੜਦਾ ਰਿਹਾ ਜਦੋਂ ਨਾ ਅਰਬ ਕੰਟਰੀਜ਼ ਤੋਂ ਉਧਰੋਂ ਸਾਡੇ ਤੇ ਹਮਲੇ ਹੁੰਦੇ ਰਹੇ ਮੂਹਰੇ ਪੰਜਾਬ ਹੁੰਦਾ ਸੀ ਹਮੇਸ਼ਾ ਹੀ ਲੜਨਾ ਪੈਂਦਾ ਸੀ ਫਿਰ ਆਜ਼ਾਦੀ ਦੀ ਲੜਾਈ ਵਿੱਚ ਦੇਖ ਲਓ ਅਸੀਂ 90% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਮੂਹਰੇ ਹੋ ਕੇ ਲੜਾਈ ਲੜੀ ਆ ਤੇ ਹੁਣ ਜਦੋਂ ਇਹ ਕਾਨੂੰਨ ਪਾਸ ਹੋਇਆ ਕਿਸਾਨੀ ਤਾਂ ਪਹਿਲਾਂ ਹੀ ਬਹੁਤ ਥੱਲੇ ਦੱਬੀ ਹੋਈ ਸੀਗੀ ਖੁਦਕਸ਼ੀਆਂ ਹੋ ਰਹੀਆਂ ਸੀਗੀਆਂ ਇਹ ਤਾਂ ਹੁਣ ਜਾਨੀ ਕਿ ਇੱਕ ਮਾਰਨ ਤੇ ਹੀ ਹੋ ਗਏ ਸੀਗੇ ਕਿ ਖਤਮ ਕਰਨ ਤੇ ਹੀ ਇਹ ਕਾਨੂੰਨ ਬਣ ਗਿਆ ਸੀ ਕਿ ਕਿਸਾਨੀ ਰਹਿਣੇ ਹੀ ਨਹੀਂ ਦੇਣੀ ਜਾਨੀ ਕਿ ਛੋਟੇ ਜ਼ਿਮੀਂਦਾਰ ਕੋ ਰਹਿਣੇ ਹੀ ਨਹੀਂ ਦੇਣਾ ਛੋਟਾ ਤੇ ਉਹਦੇ ਲਈ ਉਹ ਹੁਣ ਕਾਨੂੰਨ ਸਾਰੇ ਇੰਡੀਆ ਲਈ ਬਣੇ ਸੀ ਪਰ ਹੋਰ ਕਿਤੇ ਉਹ ਆਵਾਜ਼ ਨਹੀਂ ਉੱਠੀ ਜਦੋਂ ਆਰਡੀਨੈਂਸ ਆਇਆ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਆ ਜਿਹੜੀਆਂ ਕਿਸਾਨਾਂ ਲਈ ਪਹਿਲੇ ਦਿਨ ਤੋਂ ਲੜ ਰਹੀਆਂ ਉਹ ਉਠੀਆਂ ਹਨਾ ਹੋਰ ਕਿਤੇ ਉਹ ਨਹੀਂ ਕੋਈ ਆਵਾਜ਼ ਉੱਠੀ ਫਿਰ ਜਦੋਂ ਉਹਨਾਂ ਨੇ 4 ਮਹੀਨੇ 6 ਮਹੀਨੇ ਪੰਜਾਬ 'ਚ ਕੋਸ਼ਿਸ਼ ਕਰਕੇ ਵੇਖ ਲਈ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ ਹੱਸਦੇ ਸੀ ਸਾਰੇ ਕਹਿੰਦੇ ਇਦਾਂ ਨਹੀਂ ਇਹ ਨਹੀਂ ਹੁੰਦੇ ਚੇਂਜ ਹੋਣੇ ਤੇ ਫਿਰ ਚਲੋ ਦਿੱਲੀ ਜਾਣ ਦਾ ਮਨ ਬਣਾਇਆ ਹਨਾ ਤੇ ਅੱਕ ਚੱਬਿਆ ਕਹਿੰਦੇ ਹੁੰਦੇ ਹਨਾ ਤੇ ਜਦੋਂ ਇੱਥੇ ਨੂੰ ਹੀ ਤੁਰੇ ਫਿਰ ਚਲੋ ਹਰਿਆਣਾ ਤੁਰਿਆ ਨਾਲ ਯੂਪੀ ਤੁਰਿਆ ਬਾਕੀ ਵੀ ਥੋੜਾ ਥੋੜੇ ਤੁਰੇ ਆਪਾਂ ਖੁੱਲ੍ਹ ਕੇ ਤਾਂ ਨਹੀਂ ਕਹਿ ਸਕਦੇ ਤੁਰੇ ਤੇ ਹੁਣ ਜੇ ਕਾਨੂੰਨ ਰੱਦ ਹੋਇਆ ਉਹ ਫਿਰ ਸਾਰੇ ਇੰਡੀਆ ਦੇ ਹੋਏ ਆ ਪਰ ਕ੍ਰਾਉਨ ਵਾਲਾ ਕੌਣ ਆ ਪੰਜਾਬ ਫੇਰ ਮੋਹਰੇ ਹੋ ਕੇ ਹਰਿਆਣਾ ਵੀ ਨਾਲ ਇਹ ਖਿੱਤਾ ਜਿਹੜਾ ਮੋਹਰੇ ਹੋ ਕੇ ਤੁਰਿਆ ਸੋ ਜਿਹੜਾ ਪਹਿਲੀ ਇਤਿਹਾਸ ਸਾਡਾ ਚੱਲਿਆ ਆਉਂਦਾ ਸੀ ਪਹਿਲੀ ਚੀਜ਼ ਦਾ ਇਹ ਅੰਦੋਲਨ ਦੇ ਗਿਆ ਕਿ ਪੰਜਾਬ ਫੇਰ ਲੀਡ ਕਰਨ ਵਾਲਾ ਬਣ ਗਿਆ ਹਨਾ ਕਿ ਭਾਰਤ ਹੈ ਬਾਗ ਮੰਦਰੀ ਵਿੱਚ ਨਾਗ ਪੰਜਾਬ ਦਾ ਤੇ ਭਾਰਤ ਹੈ ਜੇ ਸ਼ਰਾਬ ਹੈ ਨਸ਼ਾ ਸ਼ਰਾਬ ਦਾ ਸੋ ਇਹ ਨਾਗ ਸੀਗਾ ਪਹਿਲੇ ਹੀ ਮੰਦਰੀ ਦੇ ਵਿੱਚ ਪਰ ਇਹਨੂੰ ਬਣਾ ਦਿੱਤਾ ਉਹਨਾਂ ਨੇ ਜਿੱਦਾਂ ਇਹ ਬਹੁਤ ਵਧੀਆ ਜਿੱਦਾਂ ਨਾਗ ਜਿਹਾ ਮੁੰਦਰੀ ਦਾ ਪਰ ਇਹਨਾਂ ਨੂੰ ਇਹਨੂੰ ਪੰਜਾਬ ਨੂੰ ਸਮਝਣ ਇਦਾਂ ਲੱਗ ਪਿਆ ਵੇ ਜਦੋਂ ਮੁੰਦਰੀ ਖੁੱਲੀ ਹੋ ਜਾਂਦੀ ਨਾ ਥੱਲੇ ਧਾਗਾ ਨਹੀਂ ਲਪੇਟ ਲੈਂਦੇ ਉਹਦੀ ਜਗ੍ਹਾ ਸਮਝਣ ਲੱਗ ਪਿਆ ਸੀ ਇਹ ਪੰਜਾਬ ਨੂੰ ਤੇ ਇਹ ਤਾਂ ਥੱਲੇ ਧਾਗਾ ਹੀ ਲਪੇਟਿਆ ਆ ਕੋਈ ਨਹੀਂ ਤੇ ਪਰ ਉਹ ਫੇਰ ਦੱਸਿਆ ਕਿ ਨਾਗੀ ਆ ਅਸੀਂ ਹੈਨਾ ਤੇ ਪਹਿਲਾ ਗੱਲ ਤਾਂ ਇਹ ਇਹ ਦੇ ਪੰਜਾਬ ਦੂਜੀ ਗੱਲ ਜਿਹੜੀ ਤੁਸੀਂ ਨੌਜਵਾਨਾਂ ਦੀ ਸਾਡੇਆਂ ਦੀ ਬਦਖੋਈ ਕੀਤੀ ਗਈ ਐਨੀ ਕਿ ਉਹ ਨਸ਼ਿਆਂ ਦੇ ਦੁਆਲੇ ਹੋ ਗਏ ਜਦੋਂ ਉਹਨਾਂ ਨੇ ਕੱਚ ਵਾਂਗੂ ਪੱਥਰਪੁਰ ਦੇ ਵੇਖੇ ਤੇ ਉਹੀ ਨੌਜਵਾਨ ਆ ਹੈਨਾ ਜਿਹੜੇ ਇਸ ਵੇਲੇ ਇੱਕ ਕਾਂਡਾ ਕੇ ਖੜੇ ਆ ਕਿਸਾਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਤੇ ਜਿਹੜੇ ਪੰਜਾਬ ਚ ਪਿੰਡਾਂ ਚ ਪੋਲੀਟੀਸ਼ੀਨਾਂ ਨੂੰ ਵੜਨ ਨਹੀਂ ਦੇ ਰਹੇ ਉਹਨਾਂ ਨੂੰ ਸਵਾਲ ਕਰਦੇ ਆ ਤੇ ਉਹ ਭੱਜਦੇ ਆ ਉਹਨਾਂ ਤੋਂ ਉਹੀ ਮੁੰਡੇ ਆ 6 ਮਹੀਨੇ ਚ ਕਿਦਾਂ ਬਦਲ ਗਏ ਹੈਨਾ ਨੌਜਵਾਨ ਤਾਂ ਉਹੀ ਨਵੇਂ ਨੌਜਵਾਨ ਥੋੜੋ ਕਿਤੇ ਉਹ ਲੈ ਆਂਦੇ ਆ ਵੱਡੀਆਂ ਉਡਾਨਾਂ ਦੇਖਣ ਨੂੰ ਮਿਲੀਆਂ ਨੌਜਵਾਨਾਂ ਦੇ ਪ੍ਰਵਾਸ ਦੀਆਂ ਇੱਥੇ ਉਡਾਰੀਆਂ ਦੇਖਣ ਨੂੰ ਮਿਲੀਆਂ ਚਾਹੇ ਉਹ ਪਰ ਅਸੀਂ ਕਿਸੇ ਇੱਕ ਦਾ ਨਾਮ ਹੀ ਲੈਂਦੇ ਪਰ ਉਹ ਸਾਰੇ ਹੀ ਸੀ ਉਹਦੇ ਵਿੱਚ ਬਿਲਕੁਲ ਇੱਕ ਇੱਕ ਨੌਜਵਾਨੀ ਨੂੰ ਅੱਛਾ ਜਿਹੜੇ ਨੌਜਵਾਨੀ ਨੂੰ ਉਤਸ਼ਾਹ ਦੇ ਕੇ ਗਿਆ ਹੈ ਇਹ ਅੰਦੋਲਨ ਉਹ ਸਿਰਫ ਅੱਜ ਦੇ ਨੌਜਵਾਨ ਨੂੰ ਨਹੀਂ ਦੇਕੇ ਗਿਆ ਉਹ ਇਹ ਹੈ ਕਿ ਜਿਹੜੇ ਸਾਡੇ ਪੁਰਾਣੇ ਯੋਧਿਆਂ ਦੀਆਂ ਕਹਾਣੀਆਂ ਆ ਸਾਡੇ ਪੰਜਾਬ ਦੀਆਂ ਪ੍ਰਾਪਤੀਆਂ ਆ ਉਹ ਇਤਿਹਾਸ 'ਚ ਨਾ ਕਿਤਾਬਾਂ 'ਤੇ ਲਿਖੀਆਂ ਆ ਜਾਂ ਅਸੀਂ ਗਾਇਕ ਕਲਾਕਾਰ ਸਟੇਜਾਂ 'ਤੇ ਗਾ ਕੇ ਸੁਣਾਉਨੇ ਆ ਪਰ ਜਿਹੜੇ ਤੁਸੀਂ ਇਹਦੇ ਲਈ ਮਿਹਨਤ ਕੀਤੀ ਆ ਤੁਸੀਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਆ ਤੁਸੀਂ ਸੰਘਰਸ਼ ਵਿੱਚ ਇਕੱਲੇ ਮੀਡੀਆ ਨਹੀਂ ਰਹੇ ਤੁਸੀਂ ਸੰਘਰਸ਼ੀਲ ਯੋਧੇ ਬਣ ਕੇ ਵਿੱਚ ਵਿਚਰੇ ਆ ਤੇ ਤੁਸੀਂ ਉਹ ਵੀਡੀਓ ਚ ਹਰੇਕ ਪਲ ਰਿਕਾਰਡ ਕੀਤਾ ਤੇ ਇਹ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਦਾ ਹੀ ਚਾਨਣ ਮਨਾਰਾ ਬਣ ਕੇ ਦੱਸੂਗਾ ਕਦੇ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਪਿਆ ਕਿਸੇ ਨੇ ਉਹਨੂੰ ਦਬਾਉਣਾ ਚਾਹਿਆ ਤਾਂ ਇਹ ਜਿਹੜਾ ਅੰਦੋਲਨ ਆ ਇਹ ਚਾਨਣ ਮਨਾਰਾ ਬਣ ਕੇ ਮੋਰੇ ਖੜੂਗਾ ਤੇ ਜਦੋਂ ਉਹ ਤੁਹਾਡੇ ਵੀਡੀਓ ਦੇਖਣਗੇ ਤੇ ਨੌਜਵਾਨ ਕਹਿਣਗੇ ਹਾਂ ਅਸੀਂ ਉਹਨਾਂ ਦੀ ਔਲਾਦ ਆ ਅਸੀਂ ਇਦਾਂ ਜਿਹੜਾ ਜ਼ੁਲਮ ਆ ਉਹ ਨਹੀਂ ਸਹਿ ਸਕਦੇ ਪੰਜਾਬ ਫੇਰ ਉੱਠਦਾ ਰਹੂਗਾ ਇਸੇ ਕਰਕੇ ਮੈਂ ਕਹਿੰਦਾ ਹੁਣਾਂ ਕਿ ਜੰਗ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਜੰਗ ਮੁੱਕਣੀ ਨਹੀਂ ਕਦੇ ਵੀ ਜੰਗ ਰਚਾਰੀ ਰੱਖਣੀ ਪੈਣੀ ਆ ਬੰਦਾ ਆ ਇਹਦੇ ਵੀ ਦੋ ਤਸਵੀਰਾਂ ਪੇਸ਼ ਹੋਈਆਂ ਇਸ ਅੰਦੋਲਨ ਦੀਆਂ ਇੱਕ ਤਸਵੀਰਾਂ ਜੋ ਸੀ ਸਮਾਜਿਕ ਵਰਤਾਰਾ ਜਾਂ ਬੰਦਾ ਫਿਜ਼ੀਕਲੀ ਆ ਕੇ ਦੇਖਦਾ ਇੱਕ ਤਸਵੀਰਾਂ ਉਹ ਸੀ ਜੋ ਇੱਕ ਮੀਡੀਆ ਪੇਸ਼ ਕਰ ਰਿਹਾ ਸੀ ਜਾਂ ਇੱਕ ਏਜੰਡਾ ਪੇਸ਼ ਕਰ ਰਿਹਾ ਸੀਗਾ ਬਾਹਰ ਬੈਠਿਆਂ ਨੂੰ ਉਹ ਏਜੰਡਾ ਕਿੰਨਾ ਚੰਗਾ ਲੱਗਦਾ ਸੀ ਨੇਓ ਬਿਲਕੁਲ ਝੂਠ ਲੱਗਦਾ ਸੀਗਾ ਅਜੰਡਾ ਕਿਉਂਕਿ ਜਿਹੜੀ ਉੱਥੇ ਦੀ ਮੇਨ ਸਟਰੀਮ ਮੀਡੀਆ ਆ ਇੰਗਲਿਸ਼ ਮੀਡੀਆ ਮੈਂ ਕੈਨੇਡਾ ਰਿਆ ਉਹਨਾਂ ਦੇ ਅਨਸਾਰ ਜਿਹੜਾ ਬੀਬੀਸੀ ਤੋਂ ਲੈ ਕੇ ਸਾਡੇ ਕੈਨੇਡਾ ਦਾ ਸੀਐਨਐਨ ਤੱਕ ਉਹਨਾਂ ਨੇ ਜਦੋਂ ਇਹਨੂੰ ਕਵਰ ਕੀਤਾ ਉਹਨਾਂ ਨੇ ਉਸ ਮੀਡੀਆ ਦੀ ਤਸਵੀਰ ਨਹੀਂ ਦਿਖਾਈ ਤੁਹਾਡੇ ਵਾਲੀ ਦਿਖਾਈ ਆ ਅਸਲੀਅਤ ਦਿਖਾਈ ਆ ਉਹ ਖੜੇ ਹੋਏ ਆ ਜਿਹੜੇ ਐਨਆਰਆਈਸ ਨੇ ਬਾਹਰ ਰੈਲੀਆਂ ਕੀਤੀਆਂ ਉਹ ਉਹਨਾਂ ਨੂੰ ਉਹਨਾਂ ਨੇ ਬਹੁਤ ਕਵਰ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਤਸਵੀਰ ਆਈ ਕਿ ਹਾਂ ਸੱਚੀ ਯਾਰ ਇਹ ਤੱਕਾ ਹੋ ਰਿਹਾ ਸੋ ਜਿਹੜਾ ਉਹ ਮੀਡੀਆ ਇੱਥੇ ਹੀ ਰਹਿ ਗਿਆ ਉਹਨਾਂ ਦੇ ਭਗਤਾਂ ਤੱਕ ਹੀ ਉਹ ਮੀਡੀਆ ਬਾਹਰ ਆਪਣਾ ਅਸਰ ਨਹੀਂ ਦਿਖਾ ਸਕਿਆ ਮੂੰਜੀ ਇਸ ਤੋਂ ਬਾਅਦ ਇਸ ਅੰਦੋਲਨ ਤੋਂ ਬਾਅਦ ਇਹ ਸ਼ੁਰੂਆਤ ਕਹਿ ਦਈਏ ਜ਼ਰੂਰ ਦੀ ਸ਼ਬਦ ਹਜੇ ਵੀ ਆਪੋ ਰਹਿੰਦਾ ਵੀ ਜ਼ਰੂਰ ਜਿੱਤਾਂਗੇ ਪਰ ਜੰਗ ਜਾਰੀ ਰੱਖਣ ਦੀ ਲੋੜ ਹੈ ਸਮਾਜਿਕ ਦੇ ਨਾਲ ਨਾਲ ਰਾਜਨੀਤਿਕ ਬਦਲਾਅ ਤੁਸੀਂ ਕੀ ਦੇਖਦੇ ਹੋ ਵੀ ਕਿਸ ਤਰੀਕੇ ਦੇ ਨਾਲ ਬਦਲਿਆ ਜਾਊਗਾ ਪੰਜਾਬ ਜਿਹੜਾ ਰਾਜਨੀਤਿਕ ਬਦਲਾਅ ਆ ਉਹ ਦੇਖੋ ਹੁਣ ਭਵਿੱਖ ਦੇ ਗਰਵ ਵਿੱਚ ਆ ਪਰ ਮੇਰੀ ਇਹ ਬੜੀ ਹੈਗੀ ਆ ਥੋੜਾ ਫਿਕਰਮੰਦੀ ਆ ਕਿ ਜਦੋਂ ਇਹ ਕਾਨੂੰਨ ਰੱਦ ਹੋਇਆ ਹੁਣ ਉਹ ਪਹਿਲਾਂ ਇੱਕ ਮੈਂ ਸਵਾਲ ਤੁਹਾਡੇ ਗੱਲ ਚੋਂ ਗੱਲ ਆਈ ਸੀ ਤੁਸੀਂ ਕਿਹਾ ਨਾ ਜਿੱਦਾਂ ਸਾਡੇ ਨੌਜਵਾਨਾਂ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਸੀ ਤੇ ਜਦੋਂ ਨੌਜਵਾਨਾਂ ਨੇ ਆਪਣਾ ਜੋਸ਼ ਦਿਖਾ ਲਿਆ ਤੇ ਉਹ ਸਭ ਖਤਮ ਹੋ ਗਿਆ ਤੇ ਜਿਹੜਾ ਦੂਜੇ ਪੱਖ ਦੇ মিডিਆ ਨੇ ਜਿੰਨਾ ਕੁਝ ਕੀਤਾ ਸੀ ਜਿੱਦਣ ਸਵੇਰੇ ਉੱਠ ਕੇ ਹਮੇ ਮਾਫ ਕਰਨਾ ਹੋ ਗਿਆ ਉਹ ਖਤਮ ਹੋ ਗਿਆ ਉਹ ਤਾਂ ਨਾਲੇ ਉਹ ਤਾਂ ਬੋਲਣ ਜੋਗੇ ਨਹੀਂ ਰਹੇ ਤੁਸੀਂ ਸੱਚੇ ਹੋਗਾ ਉਹ ਝੂਠੇ ਹੋਗਾ ਉਹ ਵੀ ਖਤਮ ਹੋ ਗਿਆ ਨਾਲੇ ਉਹ ਕੀ ਜਵਾਬ ਦੇਣਗੇ ਹੁਣ ਹਨਾ ਤੇ ਉਹ ਮੈਂ ਅੱਜ ਸਟੇਜ ਤੋਂ ਬੋਲਿਆ ਸੀ ਉਹ ਬਹੁਤ ਵਧੀਆ ਗੱਲ ਸੀ ਮੈਨੂੰ ਕਹਿੰਦੇ ਕਈ ਬੰਦੇ ਕਹਿੰਦੇ ਆ ਕਿ ਉਹ ਤਾਂ ਜੀ ਚੋਣਾ ਕਰਕੇ ਉਹਨਾਂ ਕਾਨੂੰਨ ਬੰਦ ਕਰਦੇ ਨਹੀਂ ਤਾਂ ਕਦੇ ਵੀ ਨਾ ਲੈਂਦਾ ਉਹ ਮੈਂ ਮੈਨੂੰ ਸਟੇਜ ਤੇ ਮੈਨੂੰ ਅੱਜ ਗੱਲ ਯਾਦ ਆ ਗਈ ਹਨਾ ਉਹ ਸਾਨੂੰ ਨਾ ਜਦੋਂ ਅਸੀਂ ਗੱਲਾਂ ਸੁਣਾਉਨੇ ਨਾ ਉਹ ਕਮਲ ਨੂੰ ਕੋਈ ਕਹਿੰਦਾ ਕਮਲ ਨੇ ਕੋਈ ਗੱਲ ਸੁਣਾਈ ਕਮਲਹੀਰ ਨੇ ਤੇ ਮੋਬ੍ਰੀਓ ਕਹਿੰਦਾ ਯਾਰ ਕਮਲ ਦੀਆਂ ਪਿੰਡ ਦੀਆਂ ਇਹ ਗੱਲਾਂ ਨਹੀਂ ਮੁੱਕਦੀਆਂ ਕਹਿੰਦਾ ਕਮਲ ਕਹਿੰਦਾ ਮੈਨੂੰ ਤੁਸੀਂ ਪਿੰਡੋਂ ਕੱਢ ਸਕਦੇ ਆ ਪਿੰਡ ਨਹੀਂ ਮੇਰੇ ਚੋਂ ਕੱਢ ਸਕਦੇ ਸੋ ਮੈਨੂੰ ਸਟੇਜ ਤੇ ਅੱਜ ਮੇਨ ਸਟੇਜ ਤੇ ਗੱਲ ਯਾਦ ਆ ਗਈ ਉਹ ਸਾਡੇ ਪਿੰਡ ਨਾਲ ਛਿੰਝਵੇਂ ਪੈਂਦੀ ਆ ਉੱਥੇ ਭਈਆ ਕਿਸੇ ਦਾ ਨਾ ਕੋਹਣ ਲੱਗ ਪਿਆ ਅਸਲੀ ਪਹਿਲਵਾਨ ਨਾਲ ਉਹ ਜਿੱਦਾ ਜਥੇਵੰਦੀਆਂ ਨਾਲ ਕਹ ਲਓ ਵੇ ਕੋਹਣ ਲੱਗ ਪਿਆ ਉਹ ਉਹ ਜਾਣਦੇ ਨੇ ਪੁੱਠਾ ਕਰਤਾ ਉਹ ਮਿੰਟ ਮਿੰਟ ਵੀ ਨਹੀਂ ਲਾਇਆ ਪਹਿਲਵਾਨ ਨੇ ਤੇ ਉਹ ਨਾਲੇ ਐ ਕਰਦਾ ਆਵੇ ਭਈਆ ਨਾਲ ਇੱਕੋ ਗੱਲ ਕਹੀ ਜਾਵੇ ਕਹਿੰਦਾ ਮੈਨੂੰ ਨਾ ਉਹਦੀ ਜਾਣ ਕੇ ਟਾਂਕ ਕਹਿੰਦਾ ਸੀ ਉਹ ਤਾਂ ਕਹਿੰਦਾ ਮੈਨੂੰ ਉਹਦੀ ਲਤ ਨਹੀਂ ਹੈ ਹੱਥ ਚਾਈ ਕਹਿੰਦਾ ਨਹੀਂ ਤਾਂ ਮੈਂ ਉਹਨੂੰ ਢਾ ਲਾਣਾ ਸੀਗਾ ਹੁਣ ਅਗਲਾ ਲਤ ਹੱਥ ਹੁਣ ਦੰਦਾ ਹੈਨਾ ਹੁਣ ਇਹ ਹੁਣ ਐ ਵੀ ਬਹਾਨਾ ਲਾਈ ਜਾਵੇ ਲਤ ਨਹੀਂ ਹੱਥ ਚਾਈ ਜੀ ਚੋਣਾ ਕਰਕੇ ਨਹੀਂ ਇਹ ਲੋਕਾਂ ਦੀ ਜਿੱਤ ਆ ਲੋਕਾਂ ਦੇ ਦਬਾਅ ਕਰਕੇ ਜਥੇਬੰਦੀਆਂ ਦੇ ਦਬਾਅ ਕਰਕੇ ਕਾਨੂੰਨ ਰੱਦ ਹੋਏ ਆ ਇਹ ਕਿਸੇ ਚੋਣਾ ਕਰਕੇ ਨਹੀਂ ਹੋਏ ਬੰਗਾਲ ਵਿਲੇ ਨਹੀਂ ਹੋਗਾ ਹੈਨਾ ਫਿਰ ਜੰਮੂ ਕਸ਼ਮੀਰ ਦਾ ਹੋ ਗਿਆ ਮਸਲਾ ਹੱਲ ਉਹ ਨਹੀਂ ਹੈ ਵੱਡਾ ਮਸਲਾ ਹੈਨਾ ਨਹੀਂ ਇਹ ਸਾਡੇ ਲੋਕਾਂ ਦਾ ਇਕੱਠ ਜਿਹੜਾ ਆ ਉਹਦੇ ਕਰਕੇ ਹੋਏ ਆ ਤੇ ਹੁਣ ਜਿਹੜਾ ਰਾਜਨੀਤਿਕ ਬਦਲਾਅ ਉਹਦੀ ਤੁਹਾਡੀ ਗੱਲ ਸੀ ਉਹਦੇ ਲਈ ਨਾ ਸਮਾਂ ਬਹੁਤ ਥੋੜਾ ਰਹਿ ਗਿਆ ਕਿਉਂਕਿ ਅਜੇ ਇੱਕ ਐਮਐਸਪੀ ਦਾ ਚੱਕਰ ਆ ਉਹਦੇ ਲਈ ਕਮੇਟੀ ਬਣਦੀ ਆ ਕਿ ਕਿੰਨੇ ਦਿਨ ਲੱਗਦੇ ਆ ਜਦੋਂ ਤੱਕ ਉਧਰ ਚੋਣਾਂ ਅਨਾਉਂਸ ਹੋ ਜਾਣੀਆਂ ਫੇ ਇੱਕਦਮ ਕੀ ਫੈਸਲੇ ਲਏ ਜਾਂਦੇ ਆ ਸਾਡੇ ਜਿਹੜੇ ਲੀਡਰ ਆ ਕੀ ਫੈਸਲਾ ਲੈਂਦੇ ਆ ਮੈਂ ਪੋਲੀਟੀਕਲ ਬੰਦਾ ਨਹੀਂ ਹੈਗਾ ਇਸ ਕਰਕੇ ਮੈਂ ਉਹਦੇ ਬਾਰੇ ਨਾ ਮੈਂ ਅੱਜ ਤੱਕ ਤੁਸੀਂ ਦੇਖਿਆ ਮੈਂ ਕਮਲ ਹੀਰ ਅਸੀਂ ਕਿਸੇ ਪੋਲੀਟੀਕਲ ਪਾਰਟੀ ਬਹੁਤ ਪਾਰਟੀਆਂ ਬਦਲੀਆਂ ਅਸੀਂ ਕਦੇ ਨਹੀਂ ਕਿਸੇ ਨਾਲ ਜੁੜੇ ਨਾ ਪ੍ਰਮਾਤਮਾ ਕਰੇ ਜੁੜੀਏ ਬਿਨਾ ਸਾਂਝੇ ਰਹੀਏ ਸਾਰਿਆਂ ਦੇ ਤੇ ਬਦਲਾਅ ਆਊਗਾ ਇੰਨਾ ਜ਼ਰੂਰ ਆ ਕਿ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਝੂਠੇ ਵਾਅਦੇ ਕਰਦੇ ਆ ਉਹ ਸਟੇਜ ਤੇ ਤਾਂ ਬੋਲ ਜਾਂਦੇ ਆ ਉਹਨਾਂ ਨੂੰ ਔਖਾ ਹੋ ਜੂਗਾ ਲੋਕਾਂ 'ਚ ਜਾਣਾ ਹੁਣ ਨੌਜਵਾਨ ਪੁੱਛਣਗੇ ਵੀ ਆ ਵਾਅਦਾ ਕੀਤਾ ਸੀ ਉਹ ਕਿੱਥੇ ਗਿਆ ਤੇ ਉਹ ਐਦਾਂ ਹੀ ਐਦਾਂ ਹੀ ਕਾਨੂੰਨ ਉਹ ਵਾਅਦੇ ਵਾਪਸ ਹੋਣਗੇ ਜਿੱਦਾਂ ਕਾਨੂੰਨ ਵਾਪਸ ਹੋਏ ਆ ਇਹ ਬਦਲਾ ਆਊਗਾ ਬਾਕੀ ਕਿਸਾਨ ਜਥੇਬੰਦੀਆਂ ਕਿਵੇਂ ਫੈਸਲਾ ਲੈਣੀਆਂ ਕਿਹੜੀ ਧਿਰ ਨਾਲ ਜੋੜਦੀਆਂ ਆਪਣੀ ਬਣਾਉਣੀਆਂ ਉਹ ਭਵਿੱਖ ਦਾ ਗਰਭ ਆ ਦੇਖਿਓ ਦੇਖੋ ਕੀ ਬਣਦਾ ਸੋ ਵਾਕਈ ਭਵਿੱਖ ਦੇ ਗਰਭ ਦੇ ਵਿੱਚ ਨੇ ਕਿ ਆਉਣ ਵਾਲਾ ਮੋੜ ਪੰਜਾਬ ਦੀ ਸਿਆਸਤ ਤੇ ਸਮੀਕਰਨ ਕਿਵੇਂ ਬਦਲੇਗਾ ਸੋ ਗੱਲ ਉਹੀ ਹੈ ਕਿ ਇਸ ਕਲਾਬ ਨਾਲ ਜਿਹੜਾ ਨਵਾਂ ਸੂਰਜ ਨਿਕਲਣਾ ਹੈ ਉਸ ਦੀਆਂ ਚਾਨਣ ਦੀਆਂ ਕਿਰਨਾਂ ਜਿਹੜੀਆਂ ਕਿਨੇ ਕਿਹੜੀਆਂ-ਕਿਹੜੀਆਂ ਕ੍ਰੀਤੀਆਂ ਦੂਰ ਕਰਦੀਆਂ ਨੇ ਤੇ ਜਿਹੜਾ ਨਵਾਂ ਪਸਾਰਾ ਹੋਣਾ ਹੈ ਸਮਾਜ ਵਿੱਚ ਉਹ ਕੀ ਹੋਵੇਗਾ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਸਿੰਗੂ ਬਾਦਰ ਦਿੱਲੀ